ਦੁਨੀਆਂ ਦਾ ਕੋਈ ਕੰਮ ਔਖਾ ਨਹੀਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ। ਆਪਣੀ ਕੰਧ ਤੇ ਇੱਕ ਲਿਖ ਕੇ ਰੱਖੋ ਇੱਕ ਲਾਈਨ, ਕੋਈ ਵੀ ਕੰਮ ਐਸਾ ਨਹੀਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਤੇ ਹੋਵੇਗਾ ਨਾ। ਕੰਮ ਉਹ ਹੀ ਨਹੀਂ ਹੁੰਦਾ ਜਿਹੜਾ ਆਪਾਂ ਕਰਨਾ ਨਹੀਂ ਚਾਹੁੰਦੇ। ਪੰਜਾਬੀ ਸਿੱਖਣੀ ਤਾਂ ਕੋਈ ਗੱਲ ਹੀ ਨਹੀਂ, ਆਹ ਤੇ ਤੁਹਾਡੀ ਸਹੂਲਤ ਵਾਸਤੇ ਅੰਗਰੇਜ਼ੀ ਬੋਲਦੇ ਨੇ। ਜੇ ਤੁਸੀਂ ਸੰਪੂਰਨ ਤੌਰ ਤੇ ਰੰਗ ਮੰਨਣਾ ਬਾਣੀ ਦਾ, ਪੰਜਾਬੀ ਠੇਠ ਸਿੱਖੋ, ਫਿਰ ਸਿੱਧੀ ਪੰਜਾਬੀ, ਅਤੇ ਉਹਦੇ ਵਿੱਚ ਅਸੀਂ ਉਪਰਾਲਾ ਕਰ ਸਕਦੇ। ਚਲੋ ਤੁਹਾਨੂੰ ਤਾਂ, ਤੁਸੀਂ ਤਾਂ ਇਸ ਹਾਲਾਤ ਵਿੱਚ ਆਏ, ਕਿਵੇਂ ਦੇ ਹਾਲਾਤ ਸਨ? ਹੁਣ ਤਾਂ ਬੜੀ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ, ਇੱਥੇ ਸਾਧਨ ਬਣ ਗਏ ਨੇ, ਪਰਿਵਾਰ ਨੇ, ਗੁਰਦੁਆਰਾ, ਸਾਰਾ ਕੁਝ। ਜਦੋਂ ਇਹ ਆਏ ਸਨ ਇਹਨਾਂ ਨੂੰ ਬੜਾ ਕਠਿਨ ਔਖਾ ਸੀ, ਪਰ ਹੁਣ ਇੱਕ ਪ੍ਰੋਬਲਮ ਕੀ ਹੈ, ਉਹ ਜਿਹੜੇ ਛੋਟੇ ਬੱਚੇ ਨੇ, ਹੁਣ ਤੁਸੀਂ ਇੱਥੇ ਸਾਨੂੰ ਵਾਰ ਵਾਰ ਕਹੋਗੇ ਪੰਜਾਬੀ ਦੱਸੋ, ਵੀ ਹੁਣ ਉਹਨਾਂ ਨੂੰ ਸਾਵਧਾਨ ਦਾ ਨਹੀਂ ਪਤਾ ਲੱਗ ਰਿਹਾ। ਠੀਕ ਹੈ, ਸਾਵਧਾਨ ਲਈ ਇੱਕ ਬੰਦਾ ਮੰਗਾਓਗੇ ਤੁਸੀਂ ਇੰਡੀਆ ਤੋਂ, ਸਾਵਧਾਨ ਕੀ ਹੁੰਦਾ? ਇਦੋਂ ਚੰਗਾ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣੀ ਸ਼ੁਰੂ ਕਰੋ, ਘਰ 'ਚ ਖੁੱਲ੍ਹੀ ਪੰਜਾਬੀ ਬੋਲੋ, ਠੇਠ ਸਿੱਧੀ ਪੰਜਾਬੀ। ਕਦੀ ਕਦੀ ਆਪਣੇ ਕਿਸੇ ਬਜ਼ੁਰਗ ਨੂੰ ਘਰ 'ਚ ਸੱਦ ਲਓ, ਉਹਨੂੰ ਕਹੋ ਵੀ ਇਹਨੂੰ ਪੰਜਾਬੀ ਗੱਲਾਂ ਦੱਸੋ ਲੈ, ਤਾਂ ਜਦੋਂ ਪੰਜਾਬੀ ਸਿੱਖ ਜਾਣਗੇ ਉਹਨਾਂ ਨੂੰ ਆਹ ਗੱਲਾਂ ਦੀ ਲੋੜ ਹੀ ਨਹੀਂ ਪੈਗੀ, ਆਪਣੇ ਆਪ ਉਹਨਾਂ ਨੂੰ ਸਿੱਧੀ ਬਾਣੀ ਸਮਝ ਆ ਜਾਏਗੀ। ਕਿਉਂਕਿ ਗੁਰਬਾਣੀ ਵਿੱਚ ਐਸੇ ਐਸੇ ਅੱਖਰ ਵਰਤੇ ਗਏ ਨੇ ਜਿਨ੍ਹਾਂ ਦੀ ਅਜੇ ਤੱਕ ਅੰਗਰੇਜ਼ੀ ਬਣੀ ਨਹੀਂ, ਵਰਡ ਨਹੀਂ ਬਣਿਆ। ਅੰਗਰੇਜ਼ੀ ਵਿੱਚ ਜੇ 200 ਲਫਜ਼ੇ ਅਤੇ ਪੰਜਾਬੀ ਦੇ ਵਿੱਚ 1200 ਲਫਜ਼ੇ, ਇੰਨੀ ਅਮੀਰ ਭਾਸ਼ਾ ਪੰਜਾਬੀ। ਪਰ ਕਿਉਂਕਿ ਸਾਡੇ ਇੱਕ ਸੋਚ ਹੈ ਕਿ ਅਸੀਂ ਹਮੇਸ਼ਾ ਜੇ ਆਪਣੀ ਰੋਟੀ ਪੱਕੀ ਹੈ ਉਹਨੂੰ ਕਹਾਂਗੇ ਅਤੇ ਉਹਨੂੰ ਪੰਜਾਬੀ 'ਚ ਮਨ ਕਹਿੰਦੇ ਨੇ, ਮਨ ਯਾਰ ਭੈੜੀ ਜਿਹੀ ਚੀਜ਼ ਕਹਿੰਦੇ, ਅਤੇ ਦੂਜੇ ਦੀ ਭਾਵੇਂ ਭੈੜੇ ਤੇਲ ਦੀ ਤਲੀ ਹੋਈ ਇੱਕ ਪੂਰੀ ਹੋਵੇ, ਕਹਿੰਦੇ ਫਾਸਟ ਫੂਡ ਹੈ। ਪੰਜਾਬੀ ਵਿੱਚ ਜਿੰਨੇ ਵਰਡ ਨੇ ਅੰਗਰੇਜ਼ੀ ਕੋਲ ਇੰਨੇ ਹੈ ਨਹੀਂ, ਪਰ ਸਾਡੀ ਇੱਕ ਆਦਤ ਹੈ, ਅੰਗਰੇਜ਼ ਸਾਡੇ ਆਪਣੇ ਬੋਲਦੇ ਨੇ ਜਿਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ, ਹੁਣ ਸਾਨੂੰ ਮਜਬੂਰਨ ਕਥਾ ਦੇ ਵਿੱਚ ਲਫਜ਼ ਬੋਲਣੇ ਪੈਂਦੇ ਨੇ, ਅਸੀਂ ਵੀ ਕਈ ਵਾਰੀ ਗਲਤ ਵੀ ਬੋਲ ਜਾਂਦੇ ਹਾਂ ਕੁਝ ਆਪੋ ਆਪਣੇ ਦੇਸ਼ਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ। ਕੈਨੇਡਾ ਜਾਓ ਕਹਿੰਦੇ ਨੇ ਇਹ ਹੋਰ, ਇਹ ਇੰਡੀਆ ਵਿੱਚ ਹੋਰ ਕਹਿੰਦੇ, ਉਹ ਪਹਿਲਾਂ ਕਹਿੰਦੇ ਹਾਏ ਹਾਏ ਕਰੀ ਜਾਂਦੇ ਨੇ, ਮੈਂ ਵੀ ਹਾਏ ਕੀ ਹੁੰਦਾ ਕੈਨੇਡਾ ਗਿਆ, ਮੈਂ ਸਾਡੇ ਤਾਂ ਬੰਦੇ ਨੂੰ 6:00 ਤਾਂ ਹਾਏ ਕਰਦਾ, ਤੁਸੀਂ ਉੱਥੇ ਆਏ ਕਹਿੰਦੇ, ਜੇ ਉਹਨੂੰ ਯੈਸ ਕਹੋ ਕਹਿੰਦੇ ਯੈਸ ਨਹੀਂ ਯਾ ਹੁੰਦਾ, ਯਾ ਯਾ ਇੱਕਦਮ ਹਿੱਲ ਕੇ ਯਾ ਯਾ। ਇਸ ਲਈ ਤੁਸੀਂ ਬੇਸ ਆਪਣਾ ਸਿੱਖ ਲਓ, ਤੁਹਾਨੂੰ ਇਹਨਾਂ ਇਹ ਹਾਏ ਹੋਏ ਦੀ ਲੋੜ ਹੀ ਨਹੀਂ ਪੈਣੀ, ਸਿੱਖ ਸਕਦੇ ਤੁਸੀਂ। The other benefit of learning proper Punjabi, I've had to learn it myself from learning Katha. You know, the last 10 years ago, I couldn't understand what Ganaji was saying. I would have sat here thinking, I didn't even get half of that. But it's because I listen to Katha and Katha and Katha, listen to more Katha, your brain picks up words. Even now, I'm picking up this word, Hond. That's something that I'll add to my dictionary. So you should always be learning, yeah? Learning more and more Punjabi. And then the benefit will be like you'll be able to read Puranic steeks as well. Like Sahib Singh steeks or even Amir Pandar, these steeks are written in Punjabi. We have to understand them ourselves. We won't need to go to a translator to understand this Punjabi. Now people are looking to translate the steeks into English,
But we could learn the Punjabi, we could learn the Sikh, Sikh means the translations. So, very important.